بسم اللہ الرحمن الرحیم اپنے سارے ਕਿਸਾਨ ਵੀਰਾਂ ਭਰਾਵਾਂ ਨੂੰ ਜੀ ਆਇਆਂ ਨੂੰ ਸਾਡੇ YouTube ਚੈਨਲ ਤੇ ਅਸਲਾਮੁਅਲੈਕਮ ਜੀ ਤੇ ਸਰਦੀਆਂ ਦਾ ਮੌਸਮ ਹੈ ਤੇ ਸਰਦੀਆਂ ਵੀ ਕਾਫੀ ਜ਼ੋਰੋ ਸ਼ੋਰ ਨਾਲ ਇਸ ਦਫਾ ਜਾ ਰਹੀਆਂ ਨੇ ਤੇ ਪਿਛਲੇ ਰਿਕਾਰਡ ਟੁੱਟ ਰਹੇ ਨੇ ਤੇ ਅਸੀਂ ਤੇ ਹੁਣ ਮਾਸ਼ਾਅੱਲਾ ਕੋਈ ਮਹੀਨੇ ਤੋਂ ਬਾਅਦ ਅਸੂਰ ਹੀ ਨਿਕਲਿਆ ਸਾਡੇ ਇਸ ਇਲਾਕੇ 'ਚ ਤੇ ਇਸ ਦੌਰਾਨ ਅਸੀਂ ਕੁਝ ਅੱਛੀਆਂ ਖੁਰਾਕਾਂ ਦੇ ਉੱਤੇ ਵੀ ਜ਼ਿਕਰ ਕੀਤਾ ਸੀ ਕੋਈ ਤਾਕਿ ਜਨਰਾਨ ਨੂੰ ਸਰਦੀ ਤੋਂ ਕਿਸ ਤਰ੍ਹਾਂ ਬਚਾਇਆ ਜਾ ਸਕੇ ਇਹ ਆਪਣੀਆਂ ਪਿਛਲੇ ਜਿਹੜੇ ਪ੍ਰੋਗਰਾਮਸਾਂ ਕੀਤੇ ਨੇ ਉਹ ਤੁਸੀਂ ਸਾਡੇ ਲਿੰਕ ਤੋਂ ਵੇਖ ਸਕਦੇ ਹੋ ਉਹਦੇ ਚ ਅਸੀਂ ਜਨਰਾਂ ਦੀ ਖੁਰਾਕ ਦੇ ਉੱਤੇ ਗੁਫ਼ਤਗੂ ਕਰਦੇ ਰਹੇ ਕਿ ਸਰਦੀਆਂ ਦੇ ਵਿੱਚ ਜਨਰਾਂ ਨੂੰ ਕਿਸ ਤਰ੍ਹਾਂ ਜਿਹੜਾ ਉਹ ਅੱਛੀ એનર્ਜੀ ਦੇ ਕੇ ਤੇ ਉਹਨਾਂ ਨੂੰ ਠੰਡ ਤੋਂ ਬਚਾਇਆ ਜਾ ਸਕੇ ਤੇ ਉਹਨਾਂ ਦੀ ਪੈਦਾਵਾਰ ਜਿਹੜੀ ਉਹ متاثر ਨਾ ਹੋਵੇ ਉਹ ਖੁਰਾਕ ਦਾ ਅਸੀਂ ਜ਼ਿਕਰ ਕਰਦੇ ਰਹੇ ਤੇ ਅੱਜ ਵੀ ਅਸੀਂ ਜਨਰਾਂ ਦੀ ਜਿਹੜੀ ਇਹ ਸਰਦੀਆਂ ਦੀ ਇੱਕ ਇਹ ਬੁਨਿਆਦੀ ਖੁਰਾਕ ਸਰਦੀਆਂ ਦੇ ਵਿੱਚ ਇੱਕ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੀ ਖੁਰਾਕ ਉਹਦੇ ਜ਼ਿਕਰ ਕਰਨ ਲੱਗੇ ਆਂ ਤਕਰੀਬਨ 80 ਤੋਂ 90% ਸਾਡੇ ਕਿਸਾਨ ਜਿਹੜੇ ਨੇ ਉਹ ਆਪਣੇ ਜਾਨਵਰਾਂ ਨੂੰ ਸਰਦੀਆਂ ਦੇ ਵਿੱਚ ਇਹੋ ਖੁਰਾਕ ਇਸਤੇਮਾਲ ਕਰਦੇ ਨੇ ਅੱਜ ਅਸੀਂ ਇਸ ਖੁਰਾਕ ਦੀ ਜਿਹੜੀ ਇਹ ਨਿਊਟ੍ਰੀਸ਼ਨ ਵੈਲਿਊ ਕੀ ਇਹਦੇ ਵਿੱਚ ਦੀ غذਾਈ افادیت ਕੀ ਇਹ ਉਹਦੇ ਉੱਤੇ ਗੱਲਬਾਤ ਕਰਾਂਗੇ ਇਹ ਜਿਹੜੀ ਇਹ ਜਿਹੜਾ ਪੱਠੇ ਦੇ ਚਾਰਾ ਜਾਂ ਗਜ਼ਾਖ ਲੋ ਜਾਨਵਰਾਂ ਦੀ ਇਹ ਬਰਸੀ ਪੰਜਾਬੀ ਚ ਇਸਟਾਲਾ ਵੀ ਕਹਿੰਦੇ ਨੇ ਉਰਦੂ ਚ ਬਰਸੀਮ ਕਹਿੰਦੇ ਨੇ ਇਹਦੀ ਜਿਹੜੀ ਨਿਊਟ੍ਰੀਸ਼ਨਲ ਵੈਲਿਊ ਏ ਇਹਦੇ ਉੱਤੇ ਅਸੀਂ ਅੱਜ ਗੁਫ਼ਤਗੂ ਕਰਾਂਗੇ ਕਿ ਇਹਦੇ ਚ ਕੀ ਕੀ ਚੀਜ਼ ਪਾਈ ਜਾਂਦੀ ਏ ਤੇ ਕਿਸ ਕਿਸ 레ਵਲ ਦੀ ਪਾਈ ਜਾਂਦੀ ਏ ਤੇ ਸਭ ਤੋਂ ਪਹਿਲਾਂ ਵੇਖੀਏ ਤੇ ਇਹ ਜਿਹੜਾ ਇਹਦਾ ਡਰਾਈ ਮੈਟਰ ਉਹ ਗਰਮੀਆਂ ਦੇ ਚਾਰਿਆਂ ਦੀ ਨਿਸਬਤ ਘੱਟ ਹੁੰਦਾ ਗਰਮੀਆਂ ਦੇ ਚਾਰਿਆਂ ਦਾ ਡਰਾਈ ਮੈਟਰ ਜ਼ਿਆਦਾ ਹੁੰਦਾ ਤੇ ਇਹਦਾ ਡਰਾਈ ਮੈਟਰ ਕਟ ਹੁੰਦਾ ਇਹ ਵੇਰੀ ਘਰ ਦਾ ਪਹਿਲੇ ਲਾਉ ਦਾ ਹੋਰ ਹੁੰਦਾ ਆਖਰੀ ਲਾਉ ਦਾ ਹੋਰ ਹੁੰਦਾ ਲੇਕਿਨ ਜਿਹੜੀ ਇਹਨਾਂ ਦੀ ਜੇ ਐਵਰੇਜ ਕਢੀਏ ਤੇ ਐਵਰੇਜ ਦਾ ਡਰਾਈ ਮੈਟਰ ਜਿਹੜਾ ਉਹ 12.5% ਹੁੰਦਾ ਜੀ ਵੈਸੇ ਜਦੋਂ ਆਖਰੀ ਲਾਉ ਦੇ ਵਿੱਚ ਟੁਰ ਜਾਂਦਾ ਯਾਨੀ ਆਖਰੀ ਕਟਾਈਆਂ ਤੋਂ ਉਦੋਂ ਤਕਰੀਬਨ 18 ਤੋਂ 20% ਇਹਦਾ ਡਰਾਈ ਮੈਟਰ ਹੋ ਜਾਂਦਾ ਲੇਕਿਨ ਸ਼ੁਰੂ ਵਾਲੇ ਜਿਹੜੇ ਲਾਉ ਹੁੰਦੇ ਨੇ ਉਹਨਾਂ ਦਾ ਐਵਰੇਜ 10 ਉਸ ਤੋਂ ਬਾਅਦ 12 ਜਿਹੜੀ ਹੈ 12.5 ਇਹਦੀ ਐਵਰੇਜ ਡਰਾਈ ਮੈਟਰ ਨਿਕਲ ਆਉਂਦਾ ਠੀਕ ਹੈ ਜੀ ਉਸ ਤੋਂ ਬਾਅਦ ਇਹਦੀ ਗੱਲ ਕਰੀਏ ਇਹਦੇ ਚ ਪ੍ਰੋਟੀਨ ਦਾ ਲੈਵਲ ਕਿੰਨਾ ਅਕਸਰ ਅਸੀਂ ਵੇਖਨੇ ਆ ਕਿ ਅਸੀਂ ਆਨੇ ਜੀ ਸਟਾਲੇ ਨਾਲ ਦੁੱਧ ਵੱਧ ਜਾਂਦਾ ਤੇ ਇਹਦੀ ਬੁਨਿਆਦੀ ਵਜ੍ਹਾ ਇਹ ਵੀ ਸਟਾਲੇ ਨਾਲ ਦੁੱਧ ਇਸ ਵਾਸਤੇ ਵੱਧਦਾ ਹੈ ਕਿ ਸਟਾਲੇ ਦੀ ਜਿਹੜੀ ਪ੍ਰੋਟੀਨ ਇੱਕ ਉਹ ਕਾਫੀ ਜ਼ਿਆਦਾ ਹੈ ਦੀ ਕਰੂਡ ਪ੍ਰੋਟੀਨ ਗਰਮੀਆਂ ਦੇ ਚਾਰਿਆਂ ਦੀ ਨਿਸਬਤ ਜ਼ਿਆਦਾ ਇਹ 19.9% ਡਰਾਈ ਮੈਟਰ ਜਿਹੜਾ ਇਹਦੀ ਜੇ ਕਰੂਡ ਪ੍ਰੋਟੀਨ ਪਾਈ ਜਾਂਦੀ ਹੈ ਜੀ ਉਸ ਤੋਂ ਬਾਅਦ ਕਰੂਡ ਫਾਈਬਰ ਜਿਹੜਾ ਉਦੀ ਗੱਲ ਕਰ ਲਈਏ ਤੇ ਕਰੂਡ ਫਾਈਬਰ ਇਹਦੇ ਚ 22.3% ਦੇ ਉਸ ਤੋਂ ਬਾਅਦ ਐਨ ਡੀ ਐਫ ਦੀ ਅਗਰ ਗੱਲ ਕਰੀਏ ਤੇ ਇਹ 44.8% ਦੇ ਏ ਡੀ ਐਫ ਦੀ ਗੱਲ ਕਰੀਏ ਤੇ ਉਹ ਇਹਦੇ ਚ 27.6% ਦੇ ਠੀਕ ਹੈ ਜੀ ਐਸ਼ ਜਿਹੜੀ ਉਹ ਇਹਦੇ ਚ 15.4% ਦੇ ਤੇ ਪਾਣੀ ਚ ਹੱਲ ਹੋਣ ਵਾਲੇ ਕਾਰਬੋਹਾਈਡਰੇਟਸ ਜਿਹੜੇ ਨੇ ਉਹ ਇਹਦੇ ਚ 5.1% ਨੇ ਇਹ ਮਕਦਾਰ ਜਿਹੜੀ ਇਹਦੀ ਐਵਰੇਜ ਮਕਦਾਰ ਹੈ ਤੇ ਜੋ ਜੋ ਚਾਰਾ ਖੁਸ਼ਕ ਹੁੰਦਾ ਯਾਨੀ ਕਿ ਲੋ ਵਾਦਦੇ ਨੇ ਉਹ ਜੋ ਇਹਨਾਂ ਦੇ ਵਿੱਚ ਥੋੜਾ ਬਹੁਤ ਫਰਕ ਆ ਜਾਂਦਾ ਲੇਕਿਨ ਇਹ ਜਿਹੜੀਆਂ ਅਸੀਂ ਤੁਹਾਨੂੰ ਮਕਦਾਰਾਂ ਦੱਸੀਆਂ ਨੇ ਇਹ ਐਵਰੇਜ ਜਿਹੜੀਆਂ ਨੇ ਨਾ ਮਿਨਿਮਮ ਨੇ ਨਾ ਮੈਕਸਿਮਮ ਇਹ ਐਵਰੇਜ ਮਕਦਾਰਾਂ ਨੇ ਉਸ ਤੋਂ ਬਾਅਦ ਜੀ ਇਹਦੇ ਜੇ ਗੱਲ ਕਰ ਲਈਏ ਕਿ ਕਿਹੜੇ ਕਿਹੜੇ ਮਿਨਰਲ ਪਾਏ ਜਾਂਦੇ ਨੇ ਉਹਨਾਂ ਦੇ ਵਿੱਚ ਜੀ ਸਭ ਤੋਂ ਅੱਛਾ ਸੋਰਸ ਹੈ ਇਹ ਕੈਲਸ਼ੀਅਮ ਦਾ ਇੱਕ ਅੱਛਾ ਸੋਰਸ ਹੈ 19.3 ਗ੍ਰਾਮ ਫੀ ਕिलो ਇਹਦੇ ਚ ਕੈਲਸ਼ੀਅਮ ਮੌਜੂਦ ਹੈ ਫਾਸਫੋਰਸ ਦੀ ਮਕਦਾਰ ਇਹਦੇ ਘਾਟੀਏ ਫਾਸਫੋਰਸ ਜਿਹੜਾ 2.7 ਗ੍ਰਾਮ ਫੀ ਕਿਲੋ ਜੀ ਇਹਦੇ ਚ ਮੌਜੂਦ ਹੈ ਡਰਾਈ ਮੈਟਰ ਦੇ ਸਾਹਮਣੇ ਪੋਟਾਸ਼ੀਅਮ ਜਿਹੜਾ ਉਹ ਇਹਦੇ 45.9 ਗ੍ਰਾਮ ਹੈ ਜੀ ਤੇ ਉਸ ਤੋਂ ਬਾਅਦ ਮੈਗਨੀਸ਼ੀਅਮ ਜਿਹੜਾ 34 ਮਿਲੀਗ੍ਰਾਮ ਹੈ ਇਹ ਗ੍ਰਾਮ ਤੋਂ ਛੋਟਾ ਹੁੰਦਾ ਹੈ 34 ਮਿਲੀਗ੍ਰਾਮ ਮੈਗਨੀਸ਼ੀਅਮ ਵਿੱਚ ਜ਼ਿੰਕ ਦਾ ਜੇ ਜ਼ਿਕਰ ਕਰ ਲਈਏ ਤੇ ਜ਼ਿੰਕ ਇਹਦੇ ਚ 17 ਮਿਲੀਗ੍ਰਾਮ ਹੈ ਜੀ ਤੇ ਜੇ ਕਾਪਰ ਦਾ ਜ਼ਿਕਰ ਕਰ ਲਈਏ ਤੇ ਕਾਪਰ ਇਹਦੇ ਚ 5 ਗ੍ਰਾਮ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਤੋਂ ਕਿੰਨੀ એનર્ਜੀ ਜਾਨਵਰ ਨੂੰ ਮਿਲਦੀ ਹੈ એનર્ਜੀ ਜਿਹੜੀ ਇਹਦੇ ਜਿਹੜੀ ਮੌਜੂਦ ਹੈ ਅੱਛਾ ਜੇ ਬਰਸੀਮ ਜਾਂ ਛਟਾਲੇ ਦੇ ਚਾਰੇ ਚ એનર્ਜੀ ਦਾ ਜ਼ਿਕਰ ਕਰੀਏ ਤੇ ਇਹਦੀ ਜਿਹੜੀ ਇਹਨਾਂ ਦੀ ਗ੍ਰਾਸ એનર્ਜੀ ਇਹਦੇ ਤੋਂ ਜਿਹੜਾ ਜਾਨਵਰ ਜੋ ਖਾਂਦਾ ਹੈ ਤੇ ਉਹਦੇ ਚ ਜਿਹੜੀ એનર્ਜੀ ਹਾਸਲ ਹੁੰਦੀ ਹੈ ਉਹ 17.4 ਮੈਗਾਜੋਲ ਫੀ ਕਿਲੋ ਡਰਾਈ ਮੈਟਰ ਦੇ ਹਿਸਾਬ ਨਾਲ ਗ੍ਰਾਸ એનર્ਜੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਗ੍ਰਾਸ એનર્ਜੀ ਚੋਂ ਜਿਹੜੀ ਅਗੋਂ ਡਾਈਜੈਸਟੇਬਲ એનર્ਜੀ ਇਹਦੇ ਚ ਹੁੰਦੀ ਹੈ ਠੀਕ ਹੈ ਜੀ ਜਿਹੜੀ ਇਹ ਜਾਨਵਰ ਹਜ਼ਮ ਦੇ ਹਜ਼ਮ ਦੇ ਕਾਬਲ ਹੈ ਕਰ ਜਾਂਦਾ ਉਹ 12.2 ਮੈਗਾਜੋਲ ਜਿਹੜੀ એનર્ਜੀ ਉਹ ਹਜ਼ਮ ਹੁੰਦੀ ਹੈ ਤੇ ਜਿਹੜੀ ਇਹਦੇ metabolic system ਵਾਸਤੇ એનર્ਜੀ ਵਿੱਚੋਂ ਨਿਕਲਦੀ ਹੈ ਯਾਨੀ ਕਿ ਜਾਨਵਰ ਦਾ ਜਿਹੜਾ ਵੀ metabolic system ਹੈ metabolic એનર્ਜੀ ਜਿਹੜੀ ਉਹ ਇਹਦੇ ਚ 9.6% 9. 6 ਮੈਗਾਜੋਲ ਫੀ ਕਿਲੋਗ੍ਰam ਡਰਾਈ ਮੈਟਰ ਦੇ ਹਿਸਾਬ ਨਾਲ ਮੌਜੂਦ ਹੁੰਦੀ ਹੈ ਤੇ ਇਹ ਸੀ ਜਦੀ ਬਰਸੀਮ ਦੀ ਸਟਾਲੇ ਦੀ ਨਿਊਟ੍ਰੀਸ਼ਨ ਵੈਲਿਊ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੇ ਮਾਸ਼ਾਅੱਲਾ ਸਰਦੀਆਂ ਦਾ ਇੱਕ ਅੱਛਾ ਚਾਰਾ ਤੇ ਇਹਨੂੰ ਅਸੀਂ ਇਸਤੇਮਾਲ ਕਰਦੇ ਆਂ ਤੇ ਇਹਨੂੰ ਇਸਤੇਮਾਲ ਜਿਹੜਾ ਉਹ ਜ਼ਿਆਦਾਤਰ ਸੁੱਕੇ ਦੇ ਨਾਲ ਕੀਤਾ ਜਾਂਦਾ ਹੈ ਪ੍ਰਾਲੀ ਨਾਲ ਜਾਂ ਤੂੜੀ ਦੇ ਨਾਲ ਤੇ ਇਨਸ਼ਾਅੱਲਾ ਤਾਲਾ ਆਉਣ ਵਾਲੀ ਕਿਸ਼ਤ ਦੇ ਵਿੱਚ ਅਸੀਂ ਤੁਹਾਡੇ ਨਾਲ ਪ੍ਰਾਲੀ ਤੇ ਤੂੜੀ ਦੀ ਵੀ ਨਿਊਟ੍ਰੀਸ਼ਨਲ ਵੈਲਿਊ ਇਸਤੇਮਾਲ ਦੱਸਾਂਗੇ ਤੁਹਾਨੂੰ ਇਨ ਪ੍ਰੋਲਿਟ ਇਸ ਟੂਰਿਸਟ ਕੀ ਨਿਊਟ੍ਰੀਸ਼ਨ ਵੈਲਿਊ ਪਾਈ ਜਾਂਦੀ ਹੈ ਤੇ ਜੇ ਅੱਜ ਦੀ ਤੁਹਾਨੂੰ ਇਹ ਸਾਡੀ ਇਨਫੋਰਮੇਸ਼ਨ ਅੱਛੀ ਲੱਗੀ ਹੋਵੇ ਤੇ ਸਾਡੇ ਚੈਨਲ ਨੂੰ ਫਿਰ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਬੈਲ ਦਾ ਬਟਨ ਦਬਾਓ ਤਾਂ ਕਿ ਹਰ ਆਉਣ ਵਾਲੀ ਇਨਫੋਰਮੇਸ਼ਨ ਤੁਹਾਨੂੰ ਮਿਲੇ ਤੇ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਇਨਸ਼ਾਅੱਲਾ ਤਾਲਾ ਇਸ ਤਰ੍ਹਾਂ ਹੀ ਅਸੀਂ ਤੁਹਾਡੇ ਲਈ ਇਨਫੋਰਮੇਟਿਵ ਵੀਡੀਓ ਜੜੀਆਂ ਨੇ ਲੈ ਕੇ ਆਉਂਦੇ ਰਹਿਾਂਗੇ ਅਸੀਂ ਕੋਈ ਦੇਸੀ ਜਗਾੜ ਵਾਲੀਆਂ ਵੀਡੀਓ ਨਹੀਂ ਤੁਹਾਨੂੰ ਦੇਾਂਗੇ ਬਲਕਿ ਦੱਸਾਂਗੇ ਬਲਕਿ ਉਮਮਲੂ ਮਾਧਿਆਗੇ ਜਿਹੜੀ ਆਥੈਂਟਿਕ ਹੋਵੇਗੀ ਪੜੀ ਲਿਖੀ ਹੋਵੇਗੀ ਠੀਕ ਹੈ ਜੀ ਤੇ ਤੁਹਾਡੇ ਵਕਤ ਦੇਣ ਦਾ ਬਹੁਤ ਸ਼ੁਕਰੀਆ ਜੀ ਅਸਲਾਮੁਅਲੈਕੁਮ